किसी कोई टेंशन लैन की लड़ नहीं, एक बार जी जिम्मेवारी ले ली तो उन्होंने सिरे तक नवावे। जो 2000 बच्चा पढ़ता है तो जो 100 बच्चा 150 बच्चा इतने फ्री एजुकेशन मिले जू कोई फर्क नहीं पैंदा। ਭਾਗਾਂ ਵਾਲੀ ਆ ਉਹ ਬਣੂਗੀ ਕੁਛ ਨਾ ਕੁਛ। ਰਪਿੰਦਰ ਬਾਈ ਕਹਿੰਦਾ ਗੱਗੂਗਲ ਦਾ ਭੁਲੇਖਾ ਬਾਈ ਪਾਉਣਗੇ, ਤੇ ਬਾਈ ਗੱਗੂਗਲ ਦਾ ਭੁਲੇਖਾ ਹੀ ਪਾਉਂਦੇ ਆ, ਤੁਹਾਨੂੰ ਵੀ ਲੱਗ ਰਿਹਾ ਹੋਣਾ। 300 ਤੋਂ ਲੈ ਕੇ 400 ਬੱਚਾ ਸਾਡਾ ਸਟੇਟ ਲੈਵਲ ਤੱਕ ਪਾਰਟਿਸਪੇਟ ਕਰਦਾ। ਕਿਵੇਂ ਲੱਗਦਾ ਵੀ ਅੱਜ ਤੋਂ 5-4 ਸਾਲਾਂ ਬਾਅਦ ਸਾਡੀ ਦੁਰਗਾ ਵੀ ਇਹਨਾਂ ਭੈਣਾਂ ਦੇ ਵਿੱਚ ਜਿਹੜਾ ਇਹਨਾਂ ਬੱਚਿਆਂ ਦੇ ਨਾਲ ਜਿਹੜੀ ਆ ਖੇਡਿਆ ਕਰੂਗੀ, ਜਿਹਨੂੰ ਅਸੀਂ ਅੱਜ ਆਪਦੀ ਗੋਦੀ ਦੇ ਵਿੱਚ ਖੜਾਉਣੇ ਆ। ਵੀਰ ਪਿੰਦਰ ਇੱਕ ਦੁਰਗਾ ਨਹੀਂ, ਹੋਰ ਜਿੰਨੀਆਂ ਮਰਜ਼ੀ ਇਸ ਤਰ੍ਹਾਂ ਦੀਆਂ ਬੱਚੀਆਂ ਨੇ ਜਿਹੜੀਆਂ, ਉਹ ਤੁਸੀਂ ਲੈ ਕੇ ਆਓ ਵੀ ਤੇਰਾ ਆਪਣਾ ਸਕੂਲ ਆ। ਹਰੇਕ ਕਹਿੰਦਾ ਯਾਰ ਪ੍ਰਾਈਵੇਟ ਵਾਲੇ ਬਾਈ ਯਾਰ ਠੱਗ ਦੇ ਹੀ ਵਾਲਾ ਯਾਰ ਲੁੱਟ ਦੇ ਹੀ ਵਾਲਾ, ਅਤੇ ਇੱਥੇ ਜਿਹੜਾ ਬੰਦਾ ਸਾਨੂੰ ਮਿਲਿਆ ਉਹ ਜਮੀ ਅਲੱਗ ਮਿਲਿਆ ਬਾਈ। ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਆ ਵੀ ਜਿੱਥੇ ਮੇਰਾ ਬੱਚਾ ਪੜ੍ਹ ਰਿਹਾ ਹੈ ਨਾ, ਤਾਂ ਉੱਥੇ ਹੀ ਦੁਰਗਾ ਪੜ੍ਹੂਗੀ। ਸੰਯੁਕਤ ਮੋਰਚੇ ਦੇ ਵਿੱਚ ਕਿਸਾਨਾਂ ਨੇ ਆਪਣੇ ਫਿਊਚਰ ਵਾਸਤੇ ਇੰਨਾ ਕੁਛ ਕਰਤਾ, ਇਹ ਤਾਂ ਇੱਕ ਬਈ ਜੀ ਸਾਡਾ ਆਪਦਾ ਵੀ ਫਰਜ਼ ਬਣਦਾ ਹੈਗਾ। ਅਸੀਂ ਕਹਿ ਦਈਏ ਵੀ ਅਸੀਂ ਆਹ ਕਰਤਾ ਜੀ, ਅਸੀਂ ਉਹ ਕਰਤਾ, ਨਹੀਂ, ਕਰਵਾਉਣ ਵਾਲਾ ਪਰਮਾਤਮਾ, ਉਹ ਬੱਚੀ ਦੇ ਕਰਮ ਸੀ। ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ। ਅਕਸਰ ਆਖਦੇ ਆ ਕਿ ਕਿਸਮਤ ਦੇ ਵਿੱਚ ਜੋ ਲਿਖਿਆ ਹੁੰਦਾ ਉਹ ਤੁਹਾਨੂੰ ਮਿਲ ਕੇ ਹੀ ਰਹਿੰਦਾ, ਭਾਵੇਂ ਕਿੰਨੀਆਂ ਔਕੜਾਂ ਜਿਹੜੀਆਂ ਨੇ ਤੁਹਾਡੇ ਰਾਹਾਂ ਦੇ ਵਿੱਚ ਆ ਜਾਣ, ਪਰ ਉਹ ਚੀਜ਼ ਤੁਹਾਨੂੰ ਮਿਲ ਕੇ ਹੀ ਰਹਿੰਦੀ ਆ। ਕਿਸਾਨੀ ਅੰਦੋਲਨ ਨੇ ਕਿਸਾਨਾਂ ਦੀ ਝੋਲੀ ਦੇ ਵਿੱਚ ਇੱਕ ਧੀ ਪਾਈ ਆ, ਕਿਸਾਨਾਂ ਦੀ ਝੋਲੀ ਦੇ ਵਿੱਚ ਧੀ ਪਾਈ ਤਾਂ ਪੰਜਾਬੀਆਂ ਨੇ ਉਹਨੂੰ ਹੱਥਾਂ 'ਤੇ ਚੱਕ ਲਿਆ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਆ ਚਰਚੇ ਹੋਏ। ਅਕਸਰ ਆਖਿਆ ਜਾਂਦਾ ਕਿ ਪੰਜਾਬੀ ਬੜੇ ਖੁੱਲ੍ਹੇ ਦਿਲ ਦੇ ਆ, ਅਤੇ ਅੱਜ ਅਸੀਂ ਜਿਸ ਜਗ੍ਹਾ 'ਤੇ ਖੜ੍ਹੇ ਹਾਂ, ਇਹ ਸਕੂਲ ਦੇਖਣ ਦੇ ਵਿੱਚ ਤੁਹਾਨੂੰ ਲੱਗ ਰਿਹਾ ਹੋਣਾ ਕਿ ਬੜਾ ਵੱਡਾ ਸਕੂਲ ਆ ਭਾਈ, ਕਿਸੇ ਬਾਹਰਲੇ ਮੁਲਕ ਵਰਗਾ ਸਕੂਲ ਆ, ਫੈਸਿਲਿਟੀਆਂ ਵੀ ਉੱਦਾਂ ਦੀਆਂ ਨੇ, ਅਤੇ ਕਿਸਾਨਾਂ ਦੀ ਉਹ ਧੀ ਹੁਣ ਇਸ ਸਕੂਲ ਦੇ ਵਿੱਚ ਪੜ੍ਹੂਗੀ। ਅੱਜ ਬਾਈ ਹੋਰਾਂ ਦੇ ਨਾਲ ਗੱਲਬਾਤ ਰਹੇਗੀ ਇਸ ਬਾਬਤ ਕਿ ਇੱਕ ਧੀ ਨੂੰ ਕਿਸਾਨ ਜਿਹੜੇ ਆ ਉਹ ਗੋਦ ਲੈਂਦੇ ਆ, ਉਸ ਤੋਂ ਬਾਅਦ ਇੰਨੇ ਮਹਿੰਗੇ ਸਕੂਲ ਦੇ ਵਿੱਚ ਪੜ੍ਹਾਉਂਦੇ ਆ, ਜ਼ਿੰਮਾ ਜਿੰਨਾ ਬਾਈ ਜੀ ਹੋਰਾਂ ਨੇ ਚੱਕਿਆ ਉਹਨਾਂ ਦੇ ਨਾਲ ਗੱਲਬਾਤ ਰਹੇਗੀ। ਮੇਰੇ ਨਾਲ ਬਾਈ ਰੁਪਿੰਦਰ ਜਲਾਲ ਵੀ ਰਹਿਣਗੇ, ਸਭ ਤੋਂ ਪਹਿਲਾਂ ਬਾਈ ਜੀ ਦਾ ਸਵਾਗਤ ਕਰਾਂਗੇ, ਅਤੇ ਬਾਈ ਜੀ ਸਲਾਮ ਸਲਿਊਟ ਦੇ ਹੱਕਦਾਰ ਵੀ ਜ਼ਰੂਰ ਨੇ, ਸੋ ਅਸੀਂ ਸਲਾਮ ਸਲਿਊਟ ਬਾਈ ਜੀ ਨੂੰ ਜ਼ਰੂਰ ਕਰਾਂਗੇ। ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਕੁਲਵੰਤ ਬਾਈ ਜੀ। ਬਾਈ ਜੀ ਬਹੁਤ ਧੰਨਵਾਦ, RMB ਟੈਲੀਵਿਜ਼ਨ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਹੀ ਤੁਹਾਨੂੰ ਇੱਥੇ ਨਿੱਘੀ ਜੀ ਆਇਆਂ, ਅਤੇ ਬਾਕੀ ਧੰਨਵਾਦ ਹੈ ਰੁਪਿੰਦਰ ਜਲਾਲ ਬਾਈ ਜੀ ਦਾ, ਅਤੇ ਸਮੂਹ ਜਿਹੜੀ ਕਿਸਾਨ ਸੰਯੁਕਤ ਮੋਰਚਾ ਜਿਨ੍ਹਾਂ ਨੇ ਮਤਲਬ ਕਿ ਇਹ ਇੱਕ ਦੁਰਗਾ ਬੱਚੀ ਨੂੰ ਅਡੋਪਟ ਕੀਤਾ, ਅਤੇ ਮੈਂ ਉਸ ਦਿਨ ਦੇਖ ਰਿਹਾ ਸੀ ਅਤੇ ਮੈਂ ਸੋਚਿਆ ਕਿ ਕਿਉਂ ਨਾ ਮਤਲਬ ਕਿ ਪਹਿਲਾਂ ਦੀ ਤਰ੍ਹਾਂ ਹੋਰ ਵੀ ਆਪਾਂ ਇੱਥੇ ਬੱਚੇ ਇਸ ਤਰ੍ਹਾਂ ਵਿੱਦਿਆ ਲੈ ਰਹੇ ਨੇ, ਅਤੇ ਮੈਂ ਨਾਲ ਦੀ ਨਾਲ ਰੁਪਿੰਦਰ ਬਾਈ ਜੀ ਨੂੰ ਕਿਹਾ, ਮੈਂ ਕਿਹਾ ਵੀ ਇਹ ਜ਼ਿੰਮੇਵਾਰੀ ਮੈਂ ਚੁੱਕਦਾ, ਅਤੇ ਉਹ ਬੱਚੀ ਨੂੰ ਇੱਥੇ ਟੋਟਲੀ ਫ੍ਰੀ ਐਜੂਕੇਸ਼ਨ, ਯੂਨੀਫਾਰਮ, ਬੁੱਕਸ ਸਾਰਾ ਮੈਂ ਪ੍ਰੋਵਾਈਡ ਕਰਵਾਊਂਗਾ। ਨਾਲ ਜਿਹੜੀ ਉਹ ਬੱਚੀ ਦੀ ਮਦਰ ਹੈ ਉਹ ਵੀ ਇੱਥੇ ਨਾਲ ਸਾਡੇ ਇੱਧਰ ਟੀਚਰਸ ਰਹਿ ਰਹੇ ਨੇ, ਸਿੰਗਲ ਫੀਮੇਲਸ ਮੇਲ ਸਾਰੇ ਰਹਿੰਦੇ ਨੇ, ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਨੇ, ਉਹ ਮਦਰ ਵੀ ਇੱਥੇ ਰਹੇਗੀ, ਉਹਦੀ ਮਦਰ ਨੂੰ ਇੱਥੇ ਨਾਲ ਆਪਾਂ ਜੋਬ ਵੀ ਦੇਵਾਂਗੇ, ਨਾਲ ਵਧੀਆ ਉਹਨੂੰ ਤਨਖਾਹ ਦੇਵਾਂਗੇ ਕਿ ਜਿਹੜਾ ਉਹਦਾ ਕਿ ਬਹੁਤ ਵਧੀਆ ਗੁਜ਼ਾਰਾ ਹੋ ਸਕੇ ਜੀ। ਅੱਛਾ, ਜਦੋਂ ਅਸੀਂ ਆਏ ਸੀ ਮੈਨੂੰ ਰੁਪਿੰਦਰ ਬਾਈ ਨੇ ਇੱਕ ਗੱਲ ਕਹੀ ਸੀ, ਰੁਪਿੰਦਰ ਬਾਈ ਕਹਿੰਦਾ ਗੱਗੂਗਲ ਦਾ ਭੁਲੇਖਾ ਬਾਈ ਪਾਉਣਗੇ, ਤੇ ਬਾਈ ਗੱਗੂਗਲ ਦਾ ਭੁਲੇਖਾ ਹੀ ਪਾਉਂਦੇ ਆ, ਜਾਂ ਤੁਹਾਨੂੰ ਵੀ ਲੱਗ ਰਿਹਾ ਹੋਣਾ। ਅੱਛਾ ਬਾਈ, ਜਦੋਂ ਆਪਾਂ ਅੰਦਰ ਬੈਠੇ ਸੀ ਆਪਾਂ ਗੱਲਬਾਤ ਕਰ ਰਹੀ, ਤੁਸੀਂ ਇੱਕ ਚੀਜ਼ ਬੜੀ ਇੱਕ ਚੀਜ਼ ਆਖੀ ਕਿ ਯਾਰ ਕੋਈ ਗੱਲ ਨਹੀਂ ਰੁਪਿੰਦਰ, ਪੈਸਿਆਂ ਨਾਲ ਕੀ ਫਰਕ ਪੈਂਦਾ, ਇੰਨੀ ਦਰਿਆਦਲੀ ਕਿਉਂ? ਕਿਉਂਕਿ ਅਸੀਂ ਤਾਂ ਜੇਕਰ ਅਕਸਰ ਅਸੀਂ ਸੁਣਦੇ ਹਾਂ ਨਾ, ਹਾਲਾਂਕਿ ਅਸੀਂ ਪ੍ਰਾਈਵੇਟ ਸਕੂਲਾਂ ਦੀਆਂ ਰਿਪੋਰਟਾਂ ਵੀ ਕਰਦੇ, ਹਰੇਕ ਕਹਿੰਦਾ ਯਾਰ ਪ੍ਰਾਈਵੇਟ ਵਾਲੇ ਬਾਈ ਯਾਰ ਠੱਗ ਦੇ ਹੀ ਵਾਲਾ ਯਾਰ ਲੁੱਟ ਦੇ ਹੀ ਵਾਲਾ, ਅਤੇ ਇੱਥੇ ਜਿਹੜਾ ਬੰਦਾ ਸਾਨੂੰ ਮਿਲਿਆ ਉਹ ਜਮੀ ਅਲੱਗ ਮਿਲਿਆ ਬਾਈ। ਨਹੀਂ, ਠੱਗਣ ਵਾਲੀ ਗੱਲ ਤਾਂ ਨਹੀਂ ਹੈਗੀ, ਆ ਕੁਛ ਕੋਵਿਡ ਨੇ ਥੋੜ੍ਹਾ ਜਿਹਾ ਡਿਫਰੈਂਸ ਪਾਤੇ ਪੇਰੈਂਟਸ ਦੇ ਸਕੂਲ ਅਥਾਰਟੀ ਦੇ ਵਿੱਚ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਬਾਹਰੋਂ ਆ ਕੇ ਮਤਲਬ ਕਿ ਮਿਹਨਤ ਕੀਤੀ, ਜਿਵੇਂ 2006 'ਚ ਸਕੂਲ ਬਣਾਇਆ, 2014 ਤੱਕ ਮੈਂ ਹਰੇਕ ਗਰਮੀ ਜਾਂਦਾ ਰਿਹਾ, ਉੱਥੇ ਕੰਮ ਕੀਤਾ, ਮਿਹਨਤ ਕੀਤੀ। ਸੋ ਜਦੋਂ ਵੀ ਕੋਈ ਕੋਈ ਸਕਸੈਸਫੁਲ ਸਟੋਰੀ ਪਿੱਛੇ ਨਾ ਕਾਫੀ ਸਟਰਗਲ ਹੁੰਦੀ ਹੈ,
सो कोई यह जी गल नहीं हैगी। तो रही गल बच्ची नू जिहड़ा आप अडोप्ट किया वह साडा फर्ज बनता है, जिवें यह रुपिंदर बाई होरी समूह अपना किसान भाईचारा किन्ने महीने हो गए इत्थे दिल्ली दीआं बरूहां ते बैठे ने, तो असी एक यह सेवा कर सकते हैं, साडा फर्ज बनता है, साडा आपदा फर्ज बनता है। मैं तो इन्हों ये भी कहा भी होर भी कोई हो मैं दस्या करो, पहला भी साढ़े ऑलरेडी काफ़ी बच्चे इस तरह फ्री एजुकेशन लै रहे हैं, दे भी रहे हैं और साडा फर्ज बनता बई जी। अच्छा इतने मैं भाई आप चलते चलते गल करें अज भाई, अच्छा इतने मैं एक गल होर दस दें, असं गलबात जी कर रहे थे कि जिन्ने के टैलेंटड जे कोई भी बच्चा होंगे ना तो बई जी हुए जो टैलेंटड बच्चे देखते हैं तो वह इतने लै आते। मेरी गलबात बई पुछण का यही सी कि यह चीज़ किमें आपके मन के आई कि यार क्यों ना आप इस महंगे स्कूल के मुंडे कुड़ियों पढ़ाया जाए वह भी फ्री दे यार जेड़े मान लो अफोर्ड नहीं कर पाते। नहीं ये गल नहीं होंगी, हरेक इदियां मतलब कि अलग अलग गल्लां हुंदियां बई जी। मैनू यह हैगा भी किसी का किमें ना किमें किमें भला हो जाए, जे कोई बच्चा फर्ज करो कोई वधिया गेम खेडदा है, हुण भी साढ़े क्रिकेट प्लेयर हैगे ने जिहड़े कि टोटली फ्री एजुकेशन लै रहे ने, होर काफ़ी बच्चे हैगे ने। सो यह कोई जरूरी नहीं हैगा भी तुसीं सारे ही मतलब कि जिथे जिहड़े बच्चे फीस भरनगे उन्हां नूं पढ़ाओ। जे कोई सानू कोई किसी पिंड की कोई पंचायत या मोहतबर बंदे आके कह देंगे है भी आह परिवार इस तरह हैगा भी यदि तुसी हेल्प कर दो, असी वह हमेशा करते हैं तो करते रहेंगे। बाकी असी डिपेंड ही बई जी सारे मतलब कि अपने मापिया से हैं, सारा किसान वर्ग हैगा जो साढ़े इतने मापे बच्चे पढ़ाते हैं, एक उत्थे बैठे ने दिल्ली वह इन्नी मेहनत कर रहे हैं अपने फ्यूचर वास्ते आप लड़ाई लड़ रहे हैं, तो यह साडा आपका फर्ज बनता है, असी यह सानू यह काम करने चाहिए ने। जी जी सारा कुछ पैसा नहीं हुंदा, होर भी बहुत कुछ है जिंदगी दे विच, ते यह हमेशा मैं मतलब कि इन गल्लां नू पहल देऊंगा, कदे भी मैं मना नहीं करूँगा किसी नू, कोई फर्क नहीं पैंदा। जो 2000 बच्चा पढ़ता है तो जो 100 बच्चा 150 बच्चा इतने फ्री एजुकेशन भी ले जाऊ, कोई फर्क नहीं पैंदा। अच्छा रुपिंदर भाई किमें लगता आ जदों अस एक बच्ची साढ़े को आँदी है उस तो बाद शायद उन्होंने उन्होंने परिवार ने भी नहीं सोचा होना कि साड़ी धी इन्ने महंगे स्कूल के पढ़ूगी, जो तो बई जी हुरां दे नाल राबता हुंदा बई जी हुरे पूरी जिम्मेवारी चकदे आ किमें लगता? भाई बड़ी खुशी हुई, सब तो पहली गल तां भी साढ़े पिछे भरा खड़े ने भी जिहड़े सानू थोड़े सामने ही गल्लां होईयां भी रुपिंदर एक दुर्गा नहीं होर जिन्नियां मर्जी इस तरह दीआं बच्चियां ने जिहड़ियां वो तुसीं लैके आओ भी तेरा अपना स्कूल आ, है ना, तो होर थोनों एनर्जी मिलती है जदों इस तरह के बाई कुलवंत चेयरमैन वर्गे भरा जो पिछे खड़ते हैं, होर बड़े भरा ने, है ना, भी जिहड़े कहिंदे भी असीं थोड़े नाल आ भी तुसीं इस तरह का काम, असीं सिर्फ एक जरिया, असी कह दिए भी असी आ करता जी असी वह करता, नहीं करवाउण वाला परमात्मा है, वह बच्ची दे कर्म सी ते अपने हथों ये सेवा जिहड़ी आ लिखी हुई सी, ते बड़ी खुशी आ भाई आ तुसी सारा देख लो भी इस टाइम इंडिया दा टॉप क्लास दा स्कूल आ जिहड़ा ओह जिहड़ा इत्थे ओह दुर्गा पढ़ूगी तां टॉप दा जिहड़ा उहदा रहैश होगी सारा कुछ तुसी देख ही रहे हो, है ना, बच्चे किद्दां दा ग्राउंड आ इत्थों दा माहौल, तो सानू आप नू इस गल दी खुशी आ, है ना, सब तो वड्डी खुशी इस गल दी आ भी जिथे मेरा बच्चा पढ़ रहा है ना तो उत्थे ही दुर्गा पढ़ूगी, तो ये बाई जी होना दी दरिया दिली करके आ, है ना, तो असी तो दिलों तुहाडे माध्यम जरिए अरदास यही करते हैं, बेनती भी तो सारी जिहड़े लोग देख रहे ने, है ना, दर्शक भी इस तरह की जिहड़ी दरिया दिली आ वो हर एक इंसान दे विच होनी चाहिए, तो फिर कोई भी यह नहीं सोचूगा यार भी मेरा सुपना सीगा मेरे बच्चे का सुपना सी मैं उत्थे पढ़ावा तो यार मैं पढ़ा नहीं सकिया, है ना, सो कोई फर्क नहीं पैंदा जे बाई जी उन्होंने कहा भी जे 2000 बच्चा पढ़ता तो 100 बच्चा वो लोड़वंद परिवारों का पढ़ जू, जे अफोर्ड नहीं कर सकते, है ना, तो कोई बाला फर्क नहीं पैंदा हुंदा, एक अपनी जमीर नूं जगाउण दी गल हुंदी है। हाँ जी अच्छा भाई जदों असी एंटर होए सी ना, हालांकि असी बड़े प्राइवेट स्कूलों के जाने तो मैं तुहाडा मैनू ना यार स्पोर्ट्स सिस्टम है यार बड़ा पसंद आए, ये किवें आया कि यार पढ़ाई के नाल नाल बच्चों नू खेडां दे नाल भी जोड़िया जाए? बहुत जरूरी है जी, अज के जमाने दे विच बहुत जरूरी है, एक मैं मतलब कि गल दावे ना कहना है भी 2006 च जो स्कूल बनाया सी आपां इह उदों ना प्राइवेट स्कूलों के स्पोर्ट्स बिल्कुल नहीं होंदी सी, स्पोर्ट्स नूं अहमियत नहीं दित्ती जांदी सी, हुण इस वेले मतलब कि असीं जिवें ग्राउंड बनाया हरेक अलग अलग तरह दीआं साडीआं गेमां हो रहीआं इत्थे साडे, असीं डिस्ट्रिक्ट विनर तां हुन्ने हुन्ने आ, मतलब कि हरेक साल 300 तों लैके 400 बच्चा साडा स्टेट लैवल तक पार्टीसिपेट करदा। अच्छा जी। हाँ जी,
सो खेडां बहुत जरूरी ने, खेडां बहुत जरूरी ने, बच्चों नूं एक चंगी सेध दिंदियां, एक मेल मिलाप बढ़ता आपस विच दी। सो मैं पहले दिन तो ही जिवें क्रिकेट ग्राउंड होर बास्केटबॉल कोर्ट सारे ग्राउंड अलग अलग आप बनाए हुए ने। अच्छा किड़िया किड़िया गेम्स बई हुण तुहाडे जिहड़ा है स्कूल दे विच जिहड़ा तुसीं करवाउणे अपने स्टूडेंट्स नूं? असीं जिमनास्टिक, क्रिकेट, कराटे, बास्केटबॉल ते होर भी गेमां जिहड़ियां हैगियां मेन गेम्स सारियां करवाउणियां, हॉकी करवाउणे आपां। ਯਾਨੀ ਫਿਊਚਰ ਪਲੈਨ ਕਾਫੀ ਵਧੀਆ ਹੈਗਾ ਸਾਡਾ, ਜਿਵੇਂ ਹੁਣ ਅਸੀਂ ਐਨ ਆਈ ਐੱਸ ਕੋਚ ਲੱਭ ਰਹੇ ਹਾਂ ਜਿਮਨਾਸਟਿਕ ਦਾ, ਇੱਕ ਸਾਨੂੰ ਲੋੜ ਹੈਗੀ ਹੈ ਅਤੇ ਰਹਿਣ ਵਾਸਤੇ ਜਗ੍ਹਾ ਹੈਗੀ ਹੈ, ਸਾਰਾ ਕੁਛ ਹੈਗਾ। ਸਕੂਲ ਦੇ ਵਿੱਚ ਜਿੰਨਾ ਕਿ ਅਕੈਡਮਿਕ ਜਿੰਨੀ ਪੜ੍ਹਾਈ ਜ਼ਰੂਰੀ ਹੈ ਉਹਦੇ ਨਾਲ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਨੇ, ਕਿਉਂਕਿ ਬੱਚਾ ਫਿੱਟ ਰਹਿੰਦਾ ਹੈ ਅਤੇ ਸੋ ਇਸ ਕਰਕੇ ਅਸੀਂ ਇਹ ਉਪਰਾਲੇ ਕਰਦੇ ਰਹਾਂਗੇ ਜੀ। ਅੱਛਾ ਰੁਪਿੰਦਰ ਭਾਈ ਇੱਕ ਗੱਲ ਮੈਨੂੰ ਹੋਰ ਦੱਸਿਓ ਕਿ ਜਿਹੜਾ ਬਾਈ ਜੀ ਹੋਰਾਂ ਨੇ ਕਿੰਨੀ ਕਿੱਥੋਂ ਤੱਕ ਦੀ ਪੜ੍ਹਾਈ ਦਾ ਜਿਹੜਾ ਜ਼ਿੰਮਾ ਜਿਹੜਾ ਆ ਚੁੱਕਿਆ ਗਾ? ਪਲੱਸ ਟੂ ਤੱਕ ਦਾ ਜਿਹੜਾ ਹੈਗਾ ਆ ਤਾਂ ਸਾਨੂੰ ਮਾਣ ਭਰਾਵਾਂ ਦੇ ਅੱਗੇ ਵੀ ਗੁਰੂ ਮਹਾਰਾਜ ਮਿਹਰ ਕਰਨ, ਠੀਕ ਹੈ, ਸਕੂਲ ਤੋਂ ਕਾਲਜ ਵੀ ਬਣੂਗਾ ਤਾਂ ਇੱਥੇ ਹੀ ਹੋਊਗਾ ਸਾਰਾ ਕੁਛ, ਇੱਥੇ ਤੁਸੀਂ ਆ ਵਾਹਿਗੁਰੂ ਆਪਾਂ ਨੂੰ ਜ਼ਿੰਦਗੀ ਬਖਸ਼ੇ। ਉਹ ਤਾਂ ਬਾਈ ਜੀ ਦੇਖੋ ਜਿਹੜਾ ਬੱਚਾ ਮਤਲਬ ਕਿ 12th ਗ੍ਰੇਡ ਤੱਕ ਪੜ੍ਹ ਜੂ, ਹੁਣ ਬੱਚਾ ਕਿੰਨਾ ਵਧੀਆ ਟੈਲੈਂਟਡ ਬੱਚਾ ਹੋਊਗਾ ਤਾਂ ਸਾਨੂੰ ਕੋਈ ਹਰਜ ਨਹੀਂ। ਉਹਦੀ ਸੀਨੀਅਰ ਮਤਲਬ ਕਿ ਜਿਹੜੀ ਹੈਗੀ ਆ ਅਸੀਂ ਗਾਂ ਅੱਗੇ ਜਿਹੜੀ ਉਹਦੀ ਸਟੱਡੀ ਆ ਉਹ ਅਸੀਂ ਕਿਸੇ ਚੰਗੇ ਹੋਰ ਕਾਲਜ 'ਚ ਵਧੀਆ ਕਰਾ ਕੇ ਅਸੀਂ ਉਹਦਾ ਖਰਚਾ ਕਰ ਸਕਦੇ ਹਾਂ, ਇੱਡੀ ਗੱਲ ਹੈਗੀ। ਜਦੋਂ ਜਦੋਂ ਸੰਯੁਕਤ ਮੋਰਚੇ ਦੇ ਵਿੱਚ ਕਿਸਾਨਾਂ ਨੇ ਆਪਣੇ ਫਿਊਚਰ ਵਾਸਤੇ ਇੰਨਾ ਕੁਛ ਕਰਤਾ, ਇਹ ਤਾਂ ਇੱਕ ਬਾਈ ਜੀ ਸਾਡਾ ਆਪਦਾ ਵੀ ਫਰਜ਼ ਬਣਦਾ ਹੈਗਾ। ਕੋਈ ਨਹੀਂ, ਅੱਗੇ ਪਰਮਾਤਮਾ ਦੀ ਬੜੀ ਕਿਰਪਾ, ਸਭ ਕੁਛ ਕਰਾਂਗੇ, ਕਿਸੇ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਇੱਕ ਵਾਰ ਜਿਹੜੀ ਜ਼ਿੰਮੇਵਾਰੀ ਲੈ ਲਈ ਤਾਂ ਉਹਨੂੰ ਸਿਰੇ ਤੱਕ ਨਿਭਾਵਾਂਗੇ। ਕੀ ਬਾਤ ਹੈ! ਅੱਛਾ ਇੱਥੇ ਮੈਂ ਇੱਕ ਗੱਲ ਹੋਰ ਸਰੋਤਾਂ ਨੂੰ ਦੱਸਦਿਆਂ ਕਿ ਬਾਈ ਜੀ ਹੋਰੇ ਹਾਲੇ ਤੱਕ ਦੁਰਗਾ ਨੂੰ ਮਿਲੇ ਤਾਂ ਨਹੀਂ? ਨਹੀਂ ਮਿਲੇ ਹਾਲੇ ਤੱਕ, ਬਾਈ ਜੀ ਹੋਰੇ ਦੁਰਗਾ ਨੂੰ ਮਿਲੇ ਨਹੀਂ, ਸਿਰਫ ਇੱਕ ਵੀਡੀਓ ਦੇਖਦੇ ਆ ਰੁਪਿੰਦਰ ਬਾਈ ਦੇ ਨਾਲ ਰਾਬਤਾ ਹੁੰਦਾ ਤਾਂ ਉਸ ਤੋਂ ਬਾਅਦ ਬਾਈ ਹੋਰੇ ਕਹਿ ਦਿੰਦੇ ਆ ਕਿ ਅਸੀਂ ਜ਼ਿੰਮੇਵਾਰੀ ਚੱਕ ਲਾਂਗੇ। ਬਾਈ ਤੁਸੀਂ ਮਿਲੇ ਵੀ ਨਹੀਂ ਮਤਲਬ ਹਜੇ ਤੱਕ? ਨਹੀਂ ਮੈਂ ਨਹੀਂ ਜੀ ਮਿਲਿਆ, ਮੈਂ ਵੈਰੀ ਸੋਰੀ, ਮੈਥੋਂ ਉੱਥੇ ਜਾਇਆ ਨਹੀਂ ਗਿਆ ਦਿੱਲੀ, ਅਤੇ ਮੈਂ ਵੀਡੀਓ ਹੀ ਦੇਖੀ ਸੀ ਤੁਹਾਡੇ ਮਾਧਿਅਮ ਥਰੂ। ਸੋ ਇਹ ਵੀ ਬੜੀ ਵੱਡੀ ਦਰਿਆਦਿਲੀ ਆ ਬਾਈ ਕਿ ਆਪਾਂ ਇੱਕ ਟੀ ਵੀ ਸਕਰੀਨ ਦੇ ਉੱਪਰ ਇੱਕ ਚੀਜ਼ ਜਿਹੜੀ ਆ ਦੇਖਦੇ ਹਾਂ ਅਤੇ ਉਸ ਤੋਂ ਬਾਅਦ ਜ਼ਿੰਮਾ ਚੱਕ ਲਿਆ, ਇਹ ਵੀ ਬੜੀ ਵੱਡੀ ਦਰਿਆਦਿਲੀ ਆ। ਨਹੀਂ ਉਹਦਾ ਰੀਜ਼ਨ ਹੈਗਾ ਬਾਈ ਰੁਪਿੰਦਰ ਜਲਾਲ, ਕਿਉਂਕਿ ਜਿੱਥੇ ਮਤਲਬ ਕਿ ਇਹ ਇੰਨੀ ਘਾਲਣਾ ਘਾਲ ਰਹੇ ਹੈ, ਅਗੇਨ ਮੈਂ ਕਹਿਣਾ ਬਾਈ ਜੀ ਇਹ ਸਾਡਾ ਫਰਜ਼ ਬਣਦਾ, ਜ਼ਰੂਰੀ ਹੈ। ਬਾਈ ਜੀ ਕਿਵੇਂ ਲੱਗਦਾ ਵੀ ਅੱਜ ਤੋਂ 5-4 ਸਾਲਾਂ ਬਾਅਦ ਸਾਡੀ ਦੁਰਗਾ ਵੀ ਇਹਨਾਂ ਭੈਣਾਂ ਦੇ ਵਿੱਚ ਜਿਹੜਾ ਇਹਨਾਂ ਬੱਚਿਆਂ ਦੇ ਨਾਲ ਜਿਹੜੀ ਆ ਖੇਡਿਆ ਕਰੂਗੀ, ਜਿਹਨੂੰ ਅਸੀਂ ਅੱਜ ਆਪਦੀ ਗੋਦੀ ਦੇ ਵਿੱਚ ਖਿਡਾਉਣੇ ਹਾਂ? ਨਹੀਂ ਵਧੀਆ ਗੱਲ ਆ ਬਾਈ, ਇਹੀ ਸਾਡਾ ਸੁਪਨਾ ਹੈ ਨਾ ਸਾਰਿਆਂ ਦਾ। ਤੁਸੀਂ ਗੱਲ ਕੀਤੀ ਵੀ ਤੁਸੀਂ ਮਿਲੇ ਨਹੀਂ, ਇਹਨਾਂ ਨੇ ਵੀਡੀਓ ਦੇਖੀ ਬਾਈ, ਹੈ ਨਾ। ਮੈਂ ਕਹਿੰਦਾ ਵੀ ਉਹ ਇਨਸਾਨ ਹੀ ਨਹੀਂ ਜਿਹੜਾ ਯਾਰ ਬਾਈ ਕਿਸੇ ਨੂੰ ਦੁਖੀ ਨੂੰ ਦੇਖ ਕੇ ਦੁਖੀ ਨਹੀਂ ਹੁੰਦਾ, ਠੀਕ ਹੈ। ਇਹਨਾਂ ਦੇ ਦਿਲ ਦੇ ਵਿੱਚ ਇੱਕ ਦਰਦ ਜਾਗ ਗਿਆ ਯਾਰ ਵੀ ਆਹ ਬੱਚੀ ਦਾ ਆਪਾਂ ਕਰ ਸਕਦੇ ਹਾਂ, ਕਿਉਂਕਿ ਕਰ ਸਕਦੇ ਸੀ, ਠੀਕ ਹੈ। ਇਹਨਾਂ ਨੇ ਸਾਨੂੰ ਸਾਰੀ ਦਿੱਲੀ ਮੋਰਚਾ ਟੀਮ ਨੂੰ, ਇੱਥੇ ਰੁਪਿੰਦਰ ਵੱਡਾ ਨਹੀਂ, ਇੱਥੇ ਸਾਰੀ ਦਿੱਲੀ ਮੋਰਚਾ ਟੀਮ ਜਿੰਨੇ ਵੀ ਆਪਣੇ ਭਰਾ ਹੈ ਨਾ, ਤੁਹਾਨੂੰ ਪਤਾ ਵੀ ਉੱਥੇ ਹੈਗੇ ਆ ਵਰਕ ਕਰਨ ਵਾਲੇ, ਹੁਣ ਬਾਈ ਜੀ ਹੁਣੀ ਵੀ ਸਾਡੇ ਨਾਲ ਨੇ, ਤਾਂ ਇਹ ਇੱਕ ਸਾਰਿਆਂ ਦਾ ਇੱਕ ਸਾਂਝਾ ਫੈਸਲਾ। ਤਾਂ ਜਦੋਂ ਬੱਚੀ ਇਹਨਾਂ ਬੱਚੀਆਂ ਦੇ ਵਿੱਚ ਖੇਡੂਗੀ ਤਾਂ ਅਸੀਂ ਵੀ ਇੱਥੇ ਆ ਕੇ ਦੇਖਾਂਗੇ ਆਪਦੇ ਬੱਚਿਆਂ ਵਾਂਗੂ, ਹੈ ਨਾ। ਵੀ ਹੋਰ ਤਾਂ ਆਪਾਂ ਉੱਥੋਂ ਕੁਛ ਲੈ ਕੇ ਨਹੀਂ ਆਉਣਾ, ਬਿਲਕੁਲ 3 ਕਾਲੇ ਕਾਨੂੰਨ ਰੱਦ ਕਰਾਉਣ ਗਏ ਹੋਵਾਂ, ਹੈ ਨਾ। MSP ਗਰੰਟੀ ਆਪਣੀ ਹੋਂਦ ਨੂੰ ਬਚਾਉਣ ਦੇ ਲਈ, ਆਪਾਂ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਉੱਥੇ ਗਏ ਹਾਂ, ਤਾਂ ਇੱਕ ਆਪਾਂ ਨੂੰ ਗਿਫਟ ਦਿੱਤਾ ਰੱਬ ਨੇ ਦੁਰਗਾ ਭਾਅ ਕੌਰ ਦੇ ਰੂਪ ਦੇ ਵਿੱਚ, ਅਤੇ ਉਹਨੂੰ ਆਪਾਂ ਸਾਂਭ ਕੇ ਰੱਖਾਂਗੇ। ਕੋਸ਼ਿਸ਼ ਇਹ ਰਹੂਗੀ ਵੀ ਉਹਨੂੰ ਵਧੀਆ ਐਜੂਕੇਸ਼ਨ ਜਿਹੜੀ ਆ ਦਿਨ ਬ ਦਿਨ ਡੇ ਬਾਏ ਡੇ, ਕਿਉਂਕਿ ਉਹਦੀ ਪਰਵਰਿਸ਼ ਬਾਈ ਸਟਾਰਟਿੰਗ ਤੋਂ ਹੀ ਅੱਜ ਉਹਨੂੰ ਬਚਪਨ ਦੇ ਵਿੱਚ ਉਹਨੂੰ ਪਿਆਰ ਮਿਲ ਰਿਹਾ ਸਾਰਿਆਂ ਦਾ। ਤੁਸੀਂ ਦੇਖਿਆ ਵੀਡੀਓ ਦੇ ਵਿੱਚ ਵੀ, ਪਹਿਲਾਂ ਜਿਹੜੇ ਦਰਸ਼ਕਾਂ ਨੇ ਵੀ ਦੇਖਿਆ ਵੀ ਕਿੰਨੇ ਉਹਨੂੰ ਹਰ ਇੱਕ ਚੱਕਦਾ। ਹੁਣ ਜਦੋਂ ਇੱਥੇ ਆਊਗੀ ਤਾਂ ਉਹਨੂੰ ਟੌਪ ਕਲਾਸ ਜਿਹੜੀ ਆ ਐਜੂਕੇਸ਼ਨ ਮਿਲਣੀ ਆ, ਤਾਂ ਕਿਉਂ ਨਾ ਬਣੂਗੀ, ਹੈ ਨਾ। ਉਹ ਭਾਗਾਂ ਵਾਲੀ ਆ, ਉਹ ਬਣੂਗੀ ਕੁਛ ਨਾ ਕੁਛ। ਅਤੇ ਬਾਕੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਘਰ ਵਰਗਾ ਮਾਹੌਲ, ਠੀਕ ਆ, ਸਾਰਾ ਅਸੀਂ ਵੀ ਆਉਂਦੇ ਜਾਂਦੇ ਰਹਿਣਾ, ਬਾਈ ਜੀ ਹੁਣਾਂ ਨੇ ਵੀ ਈਵਨ ਕਿ ਹਜੇ ਤਾਂ ਆਉਣਾ, ਦੁਰਗਾ ਨੇ ਹਜੇ ਇੱਥੇ ਆਉਣਾ ਆ, ਬਾਈ ਜੀ ਉਹਨਾਂ ਨੇ ਜ਼ਿੰਮੇਵਾਰੀ ਪਹਿਲਾਂ ਹੀ ਲਾਤੀ ਹੈ ਇੱਥੇ ਸਟਾਫ ਦੀ ਆਪਦੇ ਦੀ, ਵੀ ਫਲਾਨਾ ਰੂਮ ਦੇਣਾ, ਵੀ ਬੈੱਡ ਵੀ ਲਿਆ ਦਿਆਂਗੇ, ਵੀ ਜੋ ਵੀ ਫਰੀਜ਼ਰ ਵਗੈਰਾ ਜੋ ਵੀ ਸਾਰਾ ਕੁਛ, ਕਿਉਂਕਿ ਇਹਨਾਂ ਨੂੰ ਫਿਕਰ ਆ, ਸਾਨੂੰ ਬਾਈ ਬਹੁਤ ਮਾਣ ਆ ਸਾਡੇ ਇਲਾਕੇ ਨੂੰ, ਠੀਕ ਹੈ, ਬਾਈ ਜੀ ਹੁਣਾਂ 'ਤੇ ਬਹੁਤ ਮਾਣ ਆ, ਕਿਉਂਕਿ ਜਿਹੜੀ ਪੜ੍ਹਾਈ ਸਾਡੇ ਬੱਚੇ ਜਾ ਕੇ ਨਾਭੇ ਜਾਂ ਹੋਰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਘਰੋਂ ਬਾਹਰ ਰਹਿ ਕੇ ਕਰਦੇ ਸੀ, ਅਤੇ ਉਹ ਸਾਡੇ ਜਵਾਕਾਂ ਨੂੰ ਪੜ੍ਹਾਈ ਆ ਜਿਹੜੀ ਸਾਡੇ ਪਿੰਡਾਂ ਦੇ ਵਿੱਚ ਸਾਡੇ ਆਪ ਦੇ ਖੇਤਾਂ ਦੇ ਵਿੱਚ ਸਕੂਲ
बन के जी मिल रही है तो सानू इस गल की बड़ी खुशी है भाई। जिम्मे अस आप अंदर बैठे तुम है ना अपने स्टाफ की ड्यूटी ला रहे थे फिर मतलब चाह चढ़ गया होना कि साढ़े कोई बच्ची आ रही है असं ड्यूटियां पहले ही ला दिए। बिल्कुल भाई जी, मतलब कि जे अभी इन्नी बड़ी एक जिम्मेवारी चुकते हो तो वह तो सू फिक्र भी है भी कि कोई गलती ना हो, असी प्रॉपर वह रहन सहन का प्रॉपर प्रबंध करा। मैं बई ने पहले दिन तो कहा भी थानू कोई भी टेंशन लैन की लोड़ नहीं, कल्ली कल्ली चीज़ आप देवे जो भी किचन का समान हैगा ज सिलेंडर स्टोव बैड फ्रिज वगैरह वो तो तकरीबन असी सारे नहीं दें। असी दुर्गा की मदर नू एक आप दी जिवें दूजे स्टाफ नू समझते हैं उस तो बाद समझांगे। हाँ वो मतलब कि कोई भी टेंशन लैन की लोड़ नहीं हैगी, ये साडा फर्ज बनता है जो भी यह कैंपस के कोई भी साडा मुलाजम है कोई भी है ज मतलब कि दुर्गा के मदर आवगे दुर्गा आऊगी उस प्रॉपर जिम्मेवारी साड़ी हैगी, सेफ्टी पक्षों रहन सहन पक्षों सारा कुछ मेरी जिम्मेवारी होगी। होस्टल भाई जी थोड़े भी इतने बने हुए? हाँ जी हाँ जी, वो परले पास साइड से उत्थे काफ़ी फैमिलीज रहिंदियां, काफ़ी सारे टीचिंग स्टाफ उत्थे रहिंदा। अच्छा होर एक गल होर दस्सो भाई, क्लेयर इंटरनेशनल अकैडमी होर मतलब की खासियत आ जेकर मैं दूसरों के कंपैरिजन के देखा तो इस स्कूल दी खासियत की ने बच्चों के पक्ष तो लैके? देखो जदों यह स्कूल होन चाया सी ICSE बोर्ड आप अडोप्ट किया, मैनू काफ़ी उदों लोग यह कहिंदे सीगे जिहड़े एजुकेशन लाइन नाल संबंधित सीगे भी ICSE बोर्ड पेंडू खेत्र दे विच चलाउणा एक बहुत टेढ़ा ते औखा काम है। अच्छा जी, ते ओह मैं मतलब कि सोचदा हुंदा सी भी कोई टाइम आएगा भी साढ़े भी बच्चे अबव 90% आउणगे, तो साढ़े हूँ 12th ग्रेड के 10th ग्रेड के तकरीबन बहुत बच्चे आते हैं, असी मतलब कि मेहनत की स्टाफ वधिया रखिया तो अबव 90% रिजल्ट आता जो मतलब कि बच्चे आईलैट्स वगैरह करते हैं जस्ट 10-15 दिन जाते हैं आईलैट्स सेंटर के 6.5 band 7 band 8 band इस तरह लै रहे हैं, क्योंकि एक ना सिस्टम बनाना बहुत जरूरी है। सिस्टम पहले दिन तो ही बहुत प्रोफेसनल जड़े सके असी गाइड जिहड़े सानू गाइड करने वाले सी प्रोफेशनल बंदे रखे सी, क्योंकि कनेडा दे विच मैं आप ग्रेजुएट हैगा है ना जिहड़ा काम करना मतलब कि पक्के फेरी किया हैगा, कोई मतलब कि खाना पूर्ति वाला काम नहीं किया। अच्छा एक चीज़ होर आ, तुसी कनेडा की गल की आ, साडे वाले तो भाई 12वीं कर करके जवाक सोचते हैं कि यार कनेडा जाइए सैटल हो जाइए, तुसी 92 दे विच गए सैटल भी हो गए, उस तो बाद किवें सोचा भी इत्थे आके यार सेवा की जाए? नहीं एक्चुअली भाई जी प्रॉब्लम यह है भी मैनू मेरे फैमिली प्रॉब्लम सीगी, मेरे जेडे ये स्कूल बने मेरे मदर इन लॉ सरदारनी बलजिंदर कौर उन्हां दी जाच बने, उन्हें डैथ हो गई सी उत्थे, फिर फादर इन लॉ साहब इत्थे कल्ले सीगे ते उन्हां दी केयर करन वास्ते परिवार वल्लों ड्यूटी मेरी लगी ते मैं इत्थे आया। मेरे मतलब कि मन दे विच इह सीगा, मैं पहले भी एक दो वारी दस्सिया हैगा भी जिवें इन्हां दे बेटा है नहीं सीगा मेरे इन लॉज फैमिली च, तो अपने समाज के ये कह दें भी जे बेटा नहीं है तो ना नहीं रहा परिवार का। मैं सोचा भी मैं मतलब कि कोई यह जी संस्था बनावा जितों के बच्चे मतलब कि विद्यालय तो ना जोड़ा हैगा इन परिवार का ना रहे सारी उम्र। सो मेरा नाम तकलवंत सिंह सिद्धू हैगा, पिंड मलुका मेरा, ये स्कूल समाध भाई बनया क्लेयर इंटरनेशनल पब्लिक स्कूल। सो मैं मतलब कि उन्होंने गोद पर यह स्कूल बनाया तो यह जो ना है ये रेंदी दुनिया तक रहूगा, अपन खत्म हो जाना पर यह ना रहूगा। पर भाई जिदा के तुम कम कर रहे हो जेडे जे बच्चे अफोर्ड नहीं कर पाते है ना पढ़ाई उन्होंने पढ़ा रहे हो तो शायद ये रेंदी दुनिया तक उदू भी बाद तक यह नाम जो रहूगा। बिल्कुल 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 ये जरूर रहेगा, क्योंकि जेडे बच्चे ने अगे जाके अफसर बनना है जिन्होंने मतलब कि दुर्गा तो ही ला लो जी इन्हें जाके अपनी सोसायटी सर्व करना हैगा, एक नींह बहुत वधिया बनी जाऊगी जी। ICSE बोर्ड हैगा राइट, तो नाल असी ये नहीं है कोई इंग्लिश मीडियम स्कूल हैगा असी पंजाबी भुल जाने, UKG ग्रेड ऑनवर्ड पंजाबी लाजमी हैगी है, पंजाबी दी जो गल्लां बातें हैगा वो सारियां करते हैं क्योंकि ये अपना एक कल्चर हैगा, कल्चर एक्टिविटीज़ करते हैं। सो नाल दी नाल समा आएगा दुर्गा पढ़ूगी अगे हायर एजुकेशन वो करावे
परमात्मा लंबी उम्र बख्शे हरेक नूं ते वो अफसर बनूगी अगे सोसाइटी नूं सर्व करूगी इहदे उत्ते होर आपां की कर सकदे क्या बात है। अच्छा भाई जी कैमरे अगे फिर कुलवंत बाई नूं हुण की कहना चाहोगे की कहोगे परसों जदों फोन ते तां वाहवा कुछ कहोगे भाई धन्नवाद कैमरे अगे की कहोगे। बस भाई यही है भी इस तरह के है ना क्योंकि एक बंदे की जिहड़ी इमेज है ना जिहड़े तुहाडे दिमाग दे विच दिल दे विच जिस तरह की होंगी है तो उस तो वधिया करके दिखा रहे हैं भाई तो मैं तो यही अरदास करदा भी भाई इस तरह के साडा भरा जिहड़ा काम करता रहे तो छोटे भरावां दा इस तरह जिहड़ा साथ दिंदा रहे तो आपां चंगे काम जिहड़े आ उह करदे रहिए बंदे ने भाई बैठा तो रहना ही नहीं हमेशा नहीं इत्थे रहना इत्थे बड़े राजे आके तुर गए बड़ा कुछ पैसे वाले लोग अज भी तुरे फिरदे इधर उधर हाथ मारदे है ना भी साडा किसे ना किसे तरीके नाल ना हो जाए पर ये भाई जी हुणी जिहड़े काम कर रहे ने ना तो होना ही होना क्योंकि जिहड़ा इन्हां दा काम आ ये दिलां च थां भी कर रहे ने सो इस तरह जिहड़ी दिलां च थां साडा भरा वह बणाउंदा रहे तो क्लेयर इंटरनेशनल दिन दुगणी रात चौगणी जिहड़ी तरक्की करे। भाई जी तुहाडा आखिरी सुनेहा की होएगा स्रोतियां तक जिहड़े तुहानूं देख रहे आ। मेरा आखिरी सुनेहा यह हैगा भी जिहड़ा संयुक्त मोर्चा अपना हैगा जिहड़े काले कानून रद्द कराउणे आ मैं सारयां नूं बेनती करूँगा भी सारे जने हमला मारो जिहड़े नहीं भी गए उत्थे पहुँचो तो यह काले कानून रद्द होण अपने फ्यूचर वधिया सेफ रहे स्ट्रोंग रहे पंजाब दी धरती बहुत ज़्यादा वधिया है पंजाब दी धरती इस तरह रहेगी जो मर्जी कोई बोली जाए कुछ करी जाए जो पंजाब है वो पंजाब ही हैगा तो मेरिया सारे नूं दुआवां इह भी आप काले कानून रद्द कराइए तो अपना जोड़ा फ्यूचर है वो सुरक्षित रखिए तो सारे हंसते खेलते रहिए गुरुआं पीरां की धरती से इस तरह मौजा मानते रहिए तो अं सेवा करते रहिए जो अपने अपने गुरु सिखा गए अपन जी। भाई जी मैं भी अपनी टीम वालों परसनली तुहानू सलाम जरूर सल्यूट जरूर करदा कि जो तुसीं इदां दे जिहड़े कार्ज आ करते हो परमात्मा करे कि तुसीं रहिंदी उम्र तक ये कार्ज जिहड़े परमात्मा तुहाडे तों करवाउंदा रहे तुसीं समां दित्ता तुहाडा बहुत बहुत धन्नवाद। थैंक यू भाई जी बहुत बहुत धन्नवाद अगेन RMB टैलीविजन थोड़ा थोड़े कैमरामैन थोड़े जिन्हें भी साथी आए ने भाई रुपिंदर जी का सारे का तह दिलों धन्यवाद सत श्रीकाल। सो असी अक्सर सुनते हैं कि पंजाबियों के दिल बड़े वड्डे मैं पहला भी कहा सी ते अज बाई जी होरां ने कुलवंत बाई जी ने साबित करता स्कूल जिहड़ा तुसी मेरे सामने देख रहे हो स्कूल की बिल्डिंग देख रहे हो स्कूल के ग्राउंड जिहड़े आ देख रहे हो एडे महंगे स्कूलों के विच जदों असी आपदे बच्चे पढ़ाउण की गल करदे आ तां पहला ही देखदे आ कि भाई फीस किन्नी हो ते बाई जी होरां ने जिम्मा चक लिया कहिंदे दुर्गा की पढ़ाई का जिम्मा जिहड़ा आ उह साढ़े हिस्से आ इन्हां ग्राउंडां दे विच जिहड़ी दुर्गा अज हैगी आ जवा साढ़े हत्थां दे विच खेडदी आ उह कदे इन्हां ग्राउंडां दे विच भी खेडूगी इन्हां ग्राउंडां दे विच कदे खेडूगी इस स्कूल दे विचों चंगीआं चंगीआं जिहड़ीआं पोजीशनां उह जिहड़ीआं हैगीआं ने उह हासिल करूगी। सो जदों सानूं रुपिंदर बाई ने दस्सिया तां साडा इक मीडिया परसन होण दे नाते हक बणदा सी कि बाई जी नूं जिहड़ा आ अगे दिखाया जरूर जावे लोकां तक बाई जी दी गल्लबात जिहड़ी आ जरूर पहुँचाई जावे कि इदां दे दानी भरा इदां दे वीर सज्जण जिहड़े ਉਹ ਬੈਠੇ ਆ ਇਸ ਰਿਪੋਰਟ ਦੇ ਨਾਲ ਅਸੀਂ ਅੱਗੇ ਵੀ ਬਣੇ ਰਹਾਂਗੇ ਹੁਣ ਤੁਸੀਂ ਆਪਣੇ ਦੋਸਤ ਜਸ ਗਰੇਵਾਉਂਦੇ ਹੋ ਇਜਾਜ਼ਤ ਦੇਖਦੇ ਰਹੋ RMB ਟੈਲੀਵਿਜ਼ਨ ਧੰਨਵਾਦ ਜੀ।